अस्सलाम वालेकुम जी, असी राजनपुर तो ना राती फिर इत्थे आ गए सी सादकाबाद जिला, लेंदे पंजाब दा आखरी जिला सादकाबाद, अगे फिर सिंध शुरू हो जांदा। सादकाबाद दा इत्थे पिंड आ 160 चक दे विच असी महेश जट्टां दे कोल राती रहे आ, ते बड़ा चंगा लग्या। बड़े सोहणे लोक इत्थे दे, सलूक वाले बंदे, प्यार वाले बंदे आ, बजुर्गां नाल गल्लां बातां करदे रहे आ, हुक्के छिक्के आ, ते अबाला ने साडा बड़ी खिदमत कीती, बड़ी आओ भगत कीती, बड़ी सेवा कीती इन्हां ने, बड़ा चंगा लगा जी। असी इत्थों हुण गांह नूं जाणा चोलस्तान नूं, चोलस्तान दा प्रोग्राम आ जी, उस तो बाद फिर असी घरे जावांगे, ते फिलहाल असी पराए टुकरां ते ही, ते बहुत चंगा लगा बड़ा बाबिया नाल मिल के, ते अल्लाह ताला इन्हां नूं सलामत रखे, ते हुण असी गांह जाके तुहाडे नाल गल करांगे। लो जी, मैं तुहानूं आख्या सी ना असी अल्लाह ने चाहिया ते शामी चोलस्तान च पहुंच जांगे, ਅਸੀਂ ਲਾਗੇ ਲਾਗੇ ਪਹੁੰਚ ਗਏ, ਇੱਥੋਂ 100 ਕਿਲੋਮੀਟਰ ਸਫ਼ਰ ਰਹਿ ਗਿਆ ਚੋਲਸਤਾਨ ਦਾ। ਚੰਗਾ ਲਾਗੇ ਲਾਗੇ 100 ਲਾਗੇ, ਹੁਣ ਤਾਂ ਮੈਨੂੰ 100 ਵੀ ਲਾਗੇ ਲੱਗਦਾ ਨਾ, ਵੀ ਉਹ ਪਿੱਛੋਂ ਜੋ 300 ਕਿਲੋਮੀਟਰ ਕਾਰ ਆਏ। ਲਓ ਜੀ, ਅਸੀਂ ਇੱਥੇ ਇਹ ਇੱਕ ਪਿੰਡ ਆ 175 ਉੱਥੇ ਪਹੁੰਚ ਗਏ ਹਾਂ। ਇੱਥੋਂ ਹੁਣ ਗੱਡੀਆਂ ਗੁੱਡੀਆਂ 'ਚ ਬਹਿ ਕੇ ਅਤੇ ਅਸੀਂ ਜਾਵਾਂਗੇ ਗਾਂਹ ਚੋਲਸਤਾਨ। ਇੱਥੋਂ 100 ਕਿਲੋਮੀਟਰ ਸਫ਼ਰ ਪਿਆ ਜੀ। ਸਾਦਕਾਬਾਦ ਤੋਂ ਵੀ ਅਸੀਂ ਸੁਬਾਹ ਦੇ ਚੱਲੇ ਹਾਂ, ਇੱਥੇ ਪਹੁੰਚੇ ਹਾਂ, ਹਾਲੇ ਚੋਲਸਤਾਨ ਦੇ ਵਿੱਚ ਜਾਣ ਵਾਸਤੇ 100 ਕਿਲੋਮੀਟਰ ਸਫ਼ਰ ਪਿਆ, ਬਾਕੀ ਫਿਰ ਉੱਥੇ ਜਾ ਕੇ ਸ਼ਾਮ ਹੋ ਗਈ। ਅੱਗੇ ਦੇਖੋ ਜੇ ਕੈਮਰੇ ਨੇ ਕੰਮ ਕੀਤਾ ਤੁਹਾਨੂੰ ਦਿਖਾਵਾਂ। ਚੋਲਸਤਾਨ ਨੂੰ ਜਾਂਦਿਆਂ ਹੋਇਆ ਨਾ ਰਾਹ ਦੇ ਵਿੱਚ ਇੱਥੇ ਵੇਖਿਆ, ਇੱਥੇ ਬਣਿਆ ਅੱਡਾ, ਬਣਿਆ ਜਹਾਜ਼ਾਂ ਦਾ, ਅਰਬੀਆਂ ਨੇ ਬਣਾਇਆ, ਸ਼ੇਖਾਂ ਨੇ, ਬੜੇ ਵੱਡੇ ਵੱਡੇ ਚਾਰਟਰ ਤਿਆਰੇ ਖਲੋਤੇ, ਆਮ ਬੰਦਾ ਐਡਾ ਜਹਾਜ਼ ਰੱਖ ਹੀ ਨਹੀਂ ਸਕਦਾ, ਫਿਰ ਖਲੋਤੇ ਵੀ ਸਟਾਰਟ ਆ, ਵੀ ਠੰਡ ਬੜੀ ਆ, ਵੀ ਕਿਤੇ ਮੁੜ ਕੇ ਧੱਕਾ ਨਾ ਲਾਉਣਾ ਪਵੇ। ਮੈਂ ਕਹਿੰਦਾ ਇਹ ਅਰਬੀਆਂ ਵਾਸਤੇ ਹੀ ਗਾਣਾ ਬਣਿਆ ਸੀ, ਵੀ ਅਸੀਂ ਜੂਨ ਆਏ ਹਾਂ, ਵੀ ਅਸੀਂ ਕੱਟਣ ਨਹੀਂ ਆਏ, ਕਿਆ ਬਾਤ। ਅਰਬੀ ਸ਼ੇਖ ਹਜ਼ਰਾਤ ਨੇ ਨਾ ਇੱਥੇ ਸੜਕ ਬਣਾਈ ਆ ਰੇਗਿਸਤਾਨ ਦੇ ਵਿੱਚ, ਐਂ ਕਿਤੋਂ ਉੱਚੀ ਨੀਵੀਂ ਪੱਧਰੀ ਸੜਕ ਬਣਾਈ ਆ, ਮੈਂ ਕਹਿੰਦਾ ਲੱਗਦਾ ਹੀ ਨਹੀਂ ਇਹ ਪਾਕਿਸਤਾਨ, ਇੰਝ ਮਾਲੂਮ ਹੁੰਦਾ ਵੀ ਜਿਵੇਂ ਦੁਬਈ 'ਚ ਫਿਰਦੇ। ਅਸੀਂ ਪੱਕੇ ਰੋਡ ਤੋਂ ਆ ਗਏ ਹਾਂ, ਹੁਣ ਅਸੀਂ ਪੱਕਾ ਰੋਡ ਛੱਡਣ ਲੱਗੇ ਹਾਂ, ਰੇਗਿਸਤਾਨ ਦੇ ਅਸੀਂ ਅੱਧ ਵਿਚਾਲੇ ਖਲੋਤੇ ਹਾਂ, ਪੱਕਾ ਰੋਡ ਛੱਡ ਕੇ ਨਾ ਅਤੇ ਇਸ ਕੱਚੇ ਰੋਡ ਦੇ ਉੱਤੇ ਜਾਣਾ। ਆਹ ਕੱਚਾ ਰੋਡ ਤੁਹਾਨੂੰ ਵੇਖ ਰਿਹਾ ਹੋਣਾ, ਇਹ ਤਾਂ ਵੇਖਣ 'ਚ ਹੀ ਬੜਾ ਖੌਫਨਾਕ ਲੱਗ ਰਿਹਾ, ਅੱਗੇ ਉਹ ਪਹਾੜ ਦੇ ਉੱਤੋਂ ਦੀ ਲੰਘਣਾ, ਅਤੇ ਗੱਡੀਆਂ, ਅਤੇ ਸ਼ਾਮ ਦਾ ਟਾਈਮ, ਅਤੇ ਮੈਨੂੰ ਤਾਂ ਵੇਖਿਆ ਹੀ ਖੌਫ ਆ ਰਿਹਾ, ਬਾਕੀ ਅੱਲਾ ਚੰਗੀ ਕਰੂਗਾ। ਉਹ ਗੱਡੀਆਂ ਦੀ ਹਵਾ ਹੁਵਾ ਕੱਢ ਰਹੇ ਟਾਇਰਾਂ ਦੀ, ਕਹਿੰਦੇ ਆ ਵੀ ਉਹ ਟਾਇਰਾਂ ਦੇ ਵਿੱਚ ਜੇ ਬਹੁਤੀ ਹਵਾ ਹੋਵੇ ਨਾ ਉੱਥੇ ਕਾਮਯਾਬ ਨਹੀਂ ਹੁੰਦੀ, ਤਾਂ ਹਵਾ ਹੁਵਾ ਕੱਢ ਰਹੇ ਹਾਂ, ਅਤੇ ਇਸ ਰੋਡ ਦੇ ਉੱਤੋਂ ਅਸੀਂ ਆਏ ਹਾਂ। ਆਹ ਜਿਹੜਾ ਰੋਡ ਆ ਪੱਕੀ ਸੜਕ, ਇਹਦੇ ਉੱਤੋਂ ਅਸੀਂ ਆਏ ਹਾਂ। ਲਓ ਜੀ, ਆਹ ਰੇਗਿਸਤਾਨ 'ਚ ਆਹ ਨਜ਼ਾਰਾ ਲੈਣ ਆਏ ਸੀ, ਮੇਰੇ ਮੌਲਾ ਦੀ ਕੁਦਰਤ ਵੇਖ, ਰੇਗਿਸਤਾਨ ਕਾਹਦਾ ਭੰਗੂੜਾ ਹੀ ਆ, ਕਿਤੇ ਤਾਂ ਨੂੰ ਅਤੇ ਕਿਤੇ ਠਾਂ ਨੂੰ, ਅਤੇ ਐਂ ਮਾਲੂਮ ਹੁੰਦਾ ਵੀ ਜਿਵੇਂ ਨਾ ਕਿਤੇ ਭੰਗੂੜੇ 'ਚ ਹੀ ਬੈਠੇ ਹਾਂ। ਸੁਬਹਾਨ ਅੱਲਾ, ਮੇਰੇ ਮੌਲਾ ਦੀ ਕੁਦਰਤ ਵੇਖ, ਨਜ਼ਾਰੇ ਵੇਖ। ਮੈਂ ਇੱਥੇ ਟਿੱਬੇ ਦੇ ਉੱਤੇ ਚੜ੍ਹਿਆ, ਮਿੱਟੀ ਦੇ ਟਿੱਬੇ 'ਤੇ ਉੱਚਾ ਆਇਆ, ਉਹ ਗੱਡੀਆਂ ਖਲੋਤੀਆਂ, ਚਾਰੇ ਪਾਸੇ ਰੜਾ ਮੈਦਾਨ ਆ, ਜਿੱਧਰ ਵੀ ਨਿਗਾਹ ਮਾਰ ਲਓ ਨਾ ਆਹ ਬਸ ਨਿੱਕੀ ਨਿੱਕੀ ਝਾੜੀਆਂ, ਮਿੱਟੀ ਦੇ ਪਹਾੜ ਆ, ਅਤੇ ਬਾਕੀ ਬੰਦਾ ਦੇਖਣ ਨੂੰ ਇੱਥੇ ਕੋਈ ਨਹੀਂ ਲੱਭਦਾ। ਸ਼ਾਮ ਦਾ ਟਾਈਮ ਆ ਅਤੇ ਹਜੇ 50 ਕਿਲੋਮੀਟਰ ਅਸੀਂ ਅੰਦਰ ਆਏ ਹਾਂ, 50 ਕਿਲੋਮੀਟਰ ਹਜੇ ਅਸੀਂ ਹੋਰ ਕਰਨਾ, ਫਿਰ ਅਸੀਂ ਪਹੁੰਚ ਕੇ ਨਾ ਮੰਜ਼ਿਲ 'ਤੇ ਫਿਰ ਗੱਲ ਕਰਾਂਗੇ, ਜਾਂ ਸਵੇਰੇ ਤੜਕੇ ਕਰਾਂਗੇ। ਠੀਕ ਲੈ ਵੀ, ਸਫ਼ਰ ਕਰਦਿਆਂ ਕਰਦਿਆਂ ਰਾਤ ਹੋ ਗਈ ਆ, ਪਰ ਭੰਗੂੜਾ ਨਹੀਂ ਮੁੱਕਾ। ਮੈਂ ਕਹਿੰਦਾ ਵੀ ਸਵਾਦ ਵੀ ਵੱਖਰਾ ਆ ਰਿਹਾ ਅਤੇ ਡਰ ਵੱਖਰਾ ਲੱਗ ਰਿਹਾ, ਇੱਥੇ ਐਂ ਝਾੜੀਆਂ, ਸੁਨਸਾਨ ਜਗ੍ਹਾ। ਲਓ ਜੀ, ਅਸੀਂ ਇਸ ਟਾਈਮ ਚੋਲਸਤਾਨ ਦੇ ਵਿੱਚ ਬੈਠੇ ਹਾਂ, ਚੋਲਸਤਾਨ ਦੇ ਬਲਕਿ ਗੱਬੇ ਬੈਠੇ ਹਾਂ, ਰਾਤ ਦੇ 2 ਵਜੇ ਆ, ਅੱਗ ਬਾਲੀ ਆ ਅਤੇ ਬੜੀ ਗੱਪਾਂ ਛੱਪਾਂ ਅਤੇ ਬੜੀ ਮੌਜ ਮਸਤੀ ਹੋ ਰਹੀ ਆ, ਅਤੇ ਅੱਜ ਸਾਡੇ ਮੇਜ਼ਬਾਨ ਬੈਠੇ ਜੀ, ਸਾਡੇ ਪ੍ਰਾਹੁਣ ਚਾਰ ਫਹੀ ਆਪਣਾ ਹਮੀਦ ਬਾਈ, ਹਮੀਦ ਬਾਈ ਦਾ ਚੈਨਲ ਆ ਸਟਨਿੰਗ ਪਾਕਿਸਤਾਨ, ਬੜੀ ਦੁਨੀਆ ਜਾਣਦੀ ਆ, ਸਾਡੇ ਪਾਕਿਸਤਾਨ ਦਾ ਇੱਕ ਸੋਹਣਾ ਚਿਹਰਾ ਜਿਹੜਾ ਖੂਬਸੂਰਤੀ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਆ, ਹਾਲਾਂਕਿ ਵੇਖਣ ਨੂੰ ਰੇਗਿਸਤਾਨ, ਪਰ ਜਦੋਂ ਤੁਸੀਂ ਵੀਡੀਓ ਦੇਖੋਗੇ ਨਾ ਤਾਂ ਬੰਦੇ ਦਾ ਦਿਲ ਕਰਦਾ ਵੀ ਮੈਂ ਅੱਜੇ ਜਾ ਕੇ ਉਹ ਚੋਲਸਤਾਨ ਦੇਖ ਕੇ ਆਵਾਂ। ਅਸੀਂ ਇਹਨਾਂ ਦੀ ਵੀਡੀਓ ਦੇਖ ਕੇ ਇੱਥੇ ਤੱਕ ਪਹੁੰਚੇ ਹਾਂ, ਅਤੇ ਗੱਲ ਵੀ ਇੱਦਾਂ ਹੀ ਆ, ਮੈਂ ਕਹਿੰਦਾ ਐਸੇ ਐਸੇ ਨਜ਼ਾਰੇ ਇੱਥੇ ਦੇਖਣ ਨੂੰ ਬੰਦੇ ਦੀ ਰੂਹ ਖੁਸ਼ ਹੋ ਜਾਂਦੀ। ਨਾਸਰ ਢਿੱਲੋਂ ਸਾਹਿਬ ਬੈਠੇ ਆ ਜੀ, ਵਕਾਰ ਭਿੰਡਰ ਸਾਹਿਬ ਬੈਠੇ ਆ, ਅਤੇ ਮੈਂ ਬੈਠਾ, ਆਪਣਾ ਹਮੀਦ ਅਖਤਰ ਸਾਹਿਬ, ਹਮੀਦ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਬੜੀ ਮਿਹਰਬਾਨੀ, ਤੁਸੀਂ ਕੋਈ ਗੱਲਬਾਤ ਕਰੋ ਮਾੜੀ ਜੀ। ਬਹੁਤ ਸ਼ੁਕਰੀਆ ਅੰਜਮ ਭਾਈ, ਤੁਸੀਂ ਆਏ, ਤੁਸੀਂ ਮੌਕਾ ਦਿੱਤਾ ਸਾਨੂੰ, ਇਹ ਤੁਹਾਡੀ ਮੁਹੱਬਤ ਆ, ਖਲੂਸ ਆ, ਚਾਹਤ ਆ, ਕਿ ਹੁਣ ਦੇਖੋ ਮਾਸ਼ਾਅੱਲਾ ਕਿੰਨੀ ਰੌਣਕ ਲੱਗੀ ਹੈ, ਮਹਿਫਲ ਸਜੀ ਹੋਈ ਹੈ, ਤੇ ਚਾਰ ਸਵੇਰੇ ਵਰਾਨਾ ਬਿਲਕੁਲ ਸੁਨਸਾਨ ਜਗ੍ਹਾ ਹੈ, ਔਰ ਜੰਗਲ ਚ ਮੰਗਲ ਹੋਇਆ ਪਿਆ ਮਾਸ਼ਾਅੱਲਾ ਤੁਹਾਡੇ ਪਿਆਰ ਨਾਲ, ਹਾਂਜੀ ਇਹ ਤੁਹਾਡੀ ਖਲੂਸ ਆ, ਚਾਹਤ ਆ, ਮਾਸ਼ਾਅੱਲਾ ਤੁਸੀਂ ਸਾਰੇ ਭਾਈ ਸਾਡੇ ਕੋਲ ਆਏ, ਮਿਹਰਬਾਨੀ, ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਟਾਈਮ ਦਿੱਤਾ,
उम्मीद करांगे इंशाल्लाह कि तुहानू ये जिहड़ी रात आ ये तुहाडा ट्रैवल है तुहानू हमेशा याद रहे इंशाल्लाह इंशाल्लाह बड़ी मेहरबानी जी ते एक बार फिर हमीद साहब तुहाडा बहुत शुक्रिया स्टनिंग पाकिस्तान जिंदाबाद 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 दब दे बटन रात तो तीन तो उत्ते दा टाइम हो गया रात दा अखीरला पहर चल रहा ते अरड़े दे उत्ते मंजियां लाईयां ते हुण असीं सौण लगे आ ते साडे को साडे भरा मिलना है रहीम यार खान तो आ विच तुसीं देख रहे कैमरे दे विच एक मैं कहना है नहीं किधर गया चाह लैण हां जी वो भी आ जांदे चाह लैण गया चाह लैण गया साहब इत्थे चौकी इंचार्ज आ अच्छा ते ओ हुण असीं चाह पी के ते सौण जाणा ते सवेरे नवे सिरे तो तुहानू रब दी कुदरत विखावांगे इत्थे रेगिस्तान दे विच ते सारे कह दो अल्लाह हाफिज़ इदा अल्लाह हाफिज़ अल्लाह हाफिज़ अस्सलाम वालेकुम जी सुबह बखैर असीं चोलस्तान दे विच इत्थे कोप दे विच सुत्ते सी हुण उठ गए आं ते हमीद भाई बैठे आ इन्हां ने सानू तड़के तड़के चाह लिया के दित्ती वहीद भाई चाह दे रहे जी सानू तड़के चाह मुंह धोता असीं तोता छे बजे का टाइम आ ते असीं उठे होए आ 5 बजे दे अल्लाह तौबा करके आरफ भाई बैठे चले गए बाहर अच्छा चला गया आरफ भाई चले गए आरफ भाई चले गए ते बहुत चंगा लग्या राती थोड़ी चाह भाई ठंड च सुते आ बड़ा नजारा आया चोलस्तान दे विच ते मैं कहना जंगल दे विच हमीद भाई ने मंगल बनाता आरफ भाई एक मिनट आयो ते जंगल दे विच मंगल बनाता देखो हर शायद दा इंतजाम किया इत्थे ते जिंदगी च बड़ा शौक सीगा बई चोलस्तान देखना ते आ कैमरा इधर दिखाई आरफ साहब आरफ साहब ने जी बड़ी आओ भगत की बड़ी सेवा की ए चोलस्तान दे वासी आरफ साहब आरफ साहब को गल करो हमारे लिए ना बहुत बड़ी एजाज की बात है कि हमारे पास जो है ना अपनी बोली च गल करो जेडी तुहाडी आ ओदे च साडे वास्ते सी बहु एक एजाज दी गल है कि ए बिरा सांगने टुरते आन ते असों को अपनी खिदमत दा मौका दिते ने ते अल्हम्दुलिल्लाह उम्मीद है कि अल्लाह ताला इना को सलामत रखे दूजी गल है कि सही असा जो भी थी सके असा को असा इना बिरा वास्ते कीते से ते इंशाल्लाह अगर दोबारा हमसे ता इंशाल्लाह ही तू ज्यादा सा इना दी खिदमत करे सो इना नाल मोहब्बत वंडे सो अल्लाह इना को सलामत रखे हमीद भाई बैजो आरफ भाई बैजो भाई हमीद भाई स्टनिंग भाई दे मेरे लिखनी स्टनिंग पाकिस्तान जी चैनल आ यूट्यूब दा बहुत वड्डा चैनल आ पूरी दुनिया दे विच देखया जांदा ते दिखांदे की आ हमीद भाई ओदे ते चोलस्तान दी खूबसूरती दिखांदे वी किड्डा सोहणा साडा पाकिस्तान हमीद भाई नाल गल करें जी दोस्तों कोई गल नहीं मैं काट रहा जी दोस्तों अंजन भाई का बहुत बहुत शुक्रिया ते तुसी तशरीफ लेके आए इत्थे सर ते किवें लग्या तुहानू इत्थे आ के माहौल देखो तुसी ऑर्गेनिक माहौल है इहदे मेरा लिया इहदे ना जी लग्या इवें कि पहला तां सानू इस गल दा नहीं सी पता चोलस्तान दा जिवें देखीदा ही सुणीदा सी इक ना दिल च खौफ जिहा सी ਵੀ ਯਾਰ ਇੱਥੇ ਮਤਲਬ ਰਹਿਣਾ ਕਿਵੇਂ ਆ ਚਲੋ ਜਾਵਾਂਗੇ ਝੱਟ ਦੀ ਝੱਟ ਮੁੜ ਆਵਾਂਗੇ ਤੇ ਨਾਸਰ ਸਾਹਿਬ ਮੈਨੂੰ ਦੱਸਦੇ ਸੀ ਵੀ ਇਹਦਾ ਹਮੀਦ ਭਾਈ ਆ ਉੱਥੇ ਤੇ ਆਪਣਾ ਉੱਥੇ ਰਾਤ ਰਹਿਣੀ ਆ ਬੜਾ ਇੰਤਜ਼ਾਮ ਕੀਤਾ ਮੈਂ ਯਾਰ ਚੋਲਸਤਾਨ ਦੇ ਵਿੱਚ ਤੇ ਉਹ ਗੱਲ ਇੱਦਾਂ ਹੀ ਹੁਣ ਅਸੀਂ ਇਸ ਟਾਈਮ ਜਿਹੜਾ ਇੱਥੇ ਲਾਗੇ ਸ਼ਹਿਰ ਹੈ ਨਾ ਲਾਗੇ ਤੋਂ ਲਾਗੇ ਸ਼ਹਿਰ ਵੀ ਪਿੰਡ ਆ ਹਮੀਦ ਭਾਈ ਹੁਣਾਂ ਦਾ ਪਿੰਡ ਆ ਇੱਥੋਂ 150 ਕਿਲੋਮੀਟਰ ਦੂਰ ਆ ਤੇ ਉਹ ਵੇਖ ਲਓ ਇੱਥੇ ਜੰਗਲ ਲਾਗੇ ਲਾਗੇ ਇੱਥੇ ਬੰਦਾ ਲੱਭਿਆ ਰਾਹ ਪੁੱਛਣਾ ਹੋਵੇ ਤੇ ਬੰਦਾ ਨਹੀਂ ਲੱਭਦਾ ਇੱਥੇ ਰੜਾ ਮੈਦਾਨ ਆ ਇੱਥੇ ਤੇ ਇੱਥੇ ਵੇਖੋ ਰੌਣਕਾਂ ਲਾਤੀਆਂ ਹਮੀਦ ਭਾਈ ਨੇ ਤੇ ਆ ਬੈਠੇ ਸਾਡੇ ਹਮੀਦ ਭਾਈ ਦੇ ਛੋਟੇ ਭਾਈ ਆ ਤੁਸੀਂ ਇਹਨਾਂ ਨੂੰ ਵੀ ਦੇਖਿਆ ਹੋਣਾ ਕਿਤੇ ਕੈਮਰੇ 'ਚ ਸਟਨਿੰਗ ਪਾਕਿਸਤਾਨ ਤੇ ਵਹੀਦ ਭਾਈ ਤੁਸੀਂ ਕੋਈ ਗੱਲ ਕਰਿਓ ਹਾਂਜੀ ਸਰ ਇਹ ਸਾਡੇ ਕੋਲ ਆਏ ਢਿੱਲੋ ਸਾਹਿਬ ਅੱਜ ਆਏ ਆ ਜੀ ਸਰੋਇਆ ਸਾਹਿਬ ਵਕਾਰ ਭਾਈ ਤੇ ਇਹਨਾਂ ਦੇ ਦੋਸਤ ਤੇ ਅਸੀਂ ਅੱਗੋਂ ਇਹਨਾਂ ਨੂੰ ਚੋਲਸਤਾਨ ਦਿਖਾਉਣਾ ਅੱਜ ਤੇ ਕੱਲ੍ਹ ਦੇ ਆਏ ਆ ਰਾਤੀ ਵੀ ਬੜਾ ਅੱਛਾ ਇੰਜੋਏ ਕੀਤਾ ਸਾਰਿਆਂ ਨੇ ਅੱਜ ਇਨਸ਼ਾਅੱਲਾ ਅਸੀਂ ਬਾਹਰ ਨਿਕਲਾਂਗੇ ਥੋੜਾ ਚੋਲਸਤਾਨ ਹੋਰ ਡਿਸਕਵਰ ਕਰਵਾਵਾਂਗੇ ਇਹਨਾਂ ਨੂੰ ਜਿੱਥੇ ਤੱਕ ਹੋ ਸਕਿਆ ਤੇ ਨਾਲੇ ਇਨਸ਼ਾਅੱਲਾ ਅੱਗੇ ਦੇਖਦੇ ਆਂ ਫੇਰ ਮਿਹਰਬਾਨੀ ਲਓ ਜੀ ਹੁਣ ਨਿਕਲੇ ਆਂ ਬਾਹਰ ਤੋਂ ਮਾੜਾ ਮੋਟਾ ਚਾਨਣਾ ਹੋਇਆ ਤੇ ਇੱਥੇ ਜੀ ਮੁੰਡਿਆਂ ਨੇ ਇੰਤਜ਼ਾਮ ਕੀਤਾ ਇੱਥੇ ਚੋਲਸਤਾਨ ਦੇ ਗਵਈਏ ਆਏ ਆ ਆ ਸਾਰੇ ਗਵਈਆਂ ਦੀ ਟੀਮ ਖੜੀ ਆ ਜੀ ਸਾਰੀ
बाबा तो बाजा भी लेई फिरदा नुसरत फतेह अली खान देखा या रसूल अल्लाह या हबीब अल्लाह कर करम आप ना करोगे तो कौन करेगा मेरी खाली झोली आप ना भरोगे तो कौन भरेगा पाले नबी मेरे ये दरदा दे दरदा कुछ पैसे भी पा चुलस्तान का बड़ा शहर जिला है ये जिंदाबाद बिजनोट बड़ा सोना बाबा जी गांदे हैं ते अल्लाह ने चाहा किते ये हमारे वजीर कुटवाल बैठे हैं इधर शेख बैठे हैं महर बैठे हैं ये हमारे वजीर इलमदीन रुगानी कुटवाल उधर रशीद खान और हमारे ये वजीर बैठे हैं इधर मेंबर साहब बहुत आला रोही में चुलस्तान में माशाल्लाह और मेरे साहब जी आए बहुत बहुत शुक्रिया अल्लाह इनको सलामत रखे आबाद रखे हमने दोबारा बाबा जी कभी आए ना तुसी बचे रहे इंशाल्लाह ताला तुम फिर तंदुरुस्ती दे फिर मुलाकातें होंगी ओदा तक है ओ जेड़ा 500 दी तल्ले च पकाया ते ले लिया ओ ले कर लिया मैं जेब च मेहरबानी पिछले जी 3 दिन तो असि विकार पिंडर साहब दे नाल सफर कर रहे हैं बहुत चंगा लगा इन्हां दे इन्हां कोलों सीख रहे हैं असि साडे सीनियर आ साडे उस्ताद आ जी वीडियो बनाण दे विच माहिर आ बस कर रवाएगा बस चलो उस्ताद जी कोई नहीं